ਮੈਂ ਇੱਥੇ ਫੈਸਲਾਬਾਦ ਖਤੀਬ ਸਾਂ, ਤੂੰ ਮੈਨੂੰ ਲੈਣ ਵਾਸਤੇ ਆਇਆ ਨਡਾਲੀ ਇਹ ਕੋਈ ਕਿਲਾ ਸੋਭਾ ਸਿੰਘ ਦੇ ਨਾਲ। ਉੱਥੇ ਉਤਰੇ ਅਸੀਂ ਅਤੇ ਅਜੇ ਨਾ ਸਾਡੀ ਸ਼ਾਮ ਤੋਂ ਇਸ਼ਾਰ ਰਹਿੰਦੀ ਸੀ ਅਤੇ ਲੇਟ ਬੜੇ ਹੋ ਗਏ। ਮੈਂ ਉਹਨੂੰ ਆਖਿਆ ਪਰਵਾਨਿਆਂ ਇੱਥੋਂ ਬਈ ਕੋਈ ਗੱਡੀ ਲੈ ਆ, ਕਹਿੰਦਾ ਮੌਲਾਨਾ ਸਾਹਿਬ ਜੀ ਗੱਡੀ ਇੱਥੋਂ ਕੋਈ ਨਹੀਂ ਲੱਭਦੀ, ਮੇਰਾ ਸਾਈਕਲ ਹੈ ਪਿਆ। ਮੈਂ ਲਿਆ ਸਾਈਕਲ, ਸਾਈਕਲ ਲੈ ਕੇ ਆਇਆ। ਮੈਂ ਚੱਲ ਬਈ ਚਲਾ, ਕਹਿੰਦਾ ਮੈਂ ਬੰਦਾ ਪਾ ਕੇ ਕਦੀ ਨਹੀਂ ਚਲਾਇਆ। ਮੈਂ ਲਿਆ ਫਿਰ ਮੈਂ ਚਲਾਉਣਾ, ਮੈਂ ਚਲਾਉਣ ਲੱਗ ਪਿਆ ਉਹਨੂੰ, ਮੈਂ ਮਗਰ ਬਿਠਾ ਲਿਆ। ਜਿਹੜੇ ਉੱਥੇ ਗਏ ਤਾਂ ਮੌਲਾਨਾ ਮਹਿਮੂਦ ਕਾਸਮ ਸਾਹਿਬ ਅੱਜ ਕੱਲ੍ਹ ਬਰਤਾਨੀਆ ਹੁੰਦੇ ਨੇ, ਉਦੋਂ ਗੁਜਰਾਂ ਵਾਲੇ ਦੇ ਕੋਲ ਮਰਾਲੀ ਵਾਲੇ ਖਤੀਬ ਸਨ। ਉਹ ਨਾ 1.5 ਘੰਟਾ ਹੋ ਗਿਆ ਉਹਨਾਂ ਨੂੰ, 2 ਘੰਟੇ ਥੱਕ ਗਏ। ਕਹਿਣ ਲੱਗੇ ਮੌਲੀ ਮਨਜ਼ੂਰ ਯਾਰ ਆ, ਮੈਂ ਤਾਂ ਥੱਕ ਗਿਆ। ਮੈਂ ਸਾਈਕਲ ਤੋਂ ਉਤਰਿਆ ਸਿੱਧਾ ਸਟੇਜ 'ਤੇ ਜਾ ਕੇ 1.5 ਘੰਟਾ ਅੱਲਾ ਨੇ ਮੇਰੇ ਕੋਲ ਤਕਰੀਰ ਕਰਾਈ। ਉਸ ਤੋਂ ਬਾਅਦ ਅਸਾਂ ਸ਼ਾਮ 'ਤੇ ਇਸ਼ਾ ਪੜ੍ਹੀ, ਉਸ ਤੋਂ ਬਾਅਦ ਖਾਣਾ ਖਾਣ ਲੱਗਿਆਂ ਬੈਠ ਕੇ ਬਹਿ ਗਏ। ਅਤੇ ਸਾਰਿਆਂ ਨੂੰ ਕਹੇ ਸਿਰਫ ਕੁਰਾਨ ਹੀ ਨਹੀਂ ਜੇ ਸੁਣਾਉਂਦਾ, ਸਾਈਕਲ ਵਾਹਵਾ ਚਲਾਉਂਦਾ।